ਆ ਇੱਕ ਉਸਤਾਦ ਵੇਖਿਆ ਲਾਹੌਰ ਦਾ ਜੀ, ਉਹ ਅਲੀ ਵਾਲਿਆਂ ਨੂੰ ਮਸਲਨ ਇਤਨਾ ਬਦਨਮਾ ਕਬੂਤਰ ਬਣਾ ਰਿਹਾ ਵੀ ਉਹ ਬਿਲਕੁਲ ਹੀ ਜ਼ੀਰੋ ਨੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਅਲੀ ਵਾਲੇ ਕਬੂਤਰ ਹੈ ਕਿਹੜੇ ਨੇ। ਉਹਨਾਂ ਨੂੰ ਅੱਜ ਤੱਕ ਇਹ ਹੀ ਨਹੀਂ ਵਿਚਾਰਿਆ ਨਹੀਂ ਹੋਇਆ ਵੀ ਅਲੀ ਵਾਲੇ ਕਬੂਤਰ ਕਿਹੜੇ ਨੇ, ਉਹ ਬਸ ਉਹ ਜਿਹੜੇ ਹਰੀ ਅੱਖ ਦੇ ਦੇਖ ਲਏ, ਕਾਲ ਸਿਰੇ ਕੰਨੇ ਚਿੱਟੇ ਵਾਲੇ ਦੇਖ ਲਏ, ਇਹ ਜੀ ਅਲੀ ਮੁਹੰਮਦ ਵਾਲੇ ਨੇ। ਉਹਨਾਂ ਨੂੰ ਕਹੋ ਬਜ਼ੁਰਗੋ, ਅਸਲ ਅਲੀ ਵਾਲੇ ਕਬੂਤਰ ਇਹ ਨੇ ਜਿਨ੍ਹਾਂ 'ਚੋਂ ਟੈਡੀ ਬਣਾਏ ਜਾਂਦੇ ਨੇ, ਉਹ ਇਹ ਕਬੂਤਰ ਨੇ। ਉਹ ਤੁਸੀਂ ਆ ਗੌਰ ਨਾਲ ਦੇਖ ਲਓ, ਇਹ ਅਲੀ ਵਾਲੇ ਕਬੂਤਰ ਨੇ, ਤੁਸੀਂ ਕਿਹੜੇ ਅਲੀ ਵਾਲੇ ਬਣਾਉਂਦੇ ਹੋ ਇਹਨਾਂ ਦੇ? ਆ ਜਾਓ ਇਹਨਾਂ ਨੂੰ ਕਹੋ, ਬਜ਼ੁਰਗਾਂ ਨੂੰ ਵੀ ਮਸਲਾਂ, ਇਹਨਾਂ ਦੀ ਪ੍ਰਵਾਜ਼ਾਂ ਵੀ ਵੇਖ ਲਓ, ਇਹ ਸ਼ਾਮਾਂ ਨੂੰ ਹੀ ਬਹਿੰਦੇ ਨੇ। ਲਿਆਓ ਜੇਠ ਦੇ ਵਿੱਚ ਤੁਸੀਂ ਆਪਣੇ ਕਬੂਤਰ ਇਹਨਾਂ ਦੇ ਮੁਕਾਬਲੇ 'ਚ, ਸਾਡੇ ਡੇਰੇ 'ਤੇ ਛੱਡੋ ਮਸਲਾਂ, ਅਸੀਂ ਨਾਲ ਆਪਣੇ ਕਬੂਤਰ ਦਿੰਦੇ ਹਾਂ, ਆਪਣੇ ਹੱਥਾਂ ਨਾਲ ਉਡਾ ਕੇ ਵੇਖ ਲਓ। ਅਲੀ ਵਾਲਿਆਂ ਨੂੰ ਬਦਨਾਮ ਨਾ ਕਰੋ, ਅਲੀ ਮੁਹੰਮਦ ਉਸਤਾਦ, ਅਲੀ ਮੁਹੰਮਦ ਜ਼ਿੰਦਾਬਾਦ, ਉਹਦੇ ਕਬੂਤਰ ਸੀ ਉਸਤਾਦ ਦੇ, ਦੁਨੀਆ 'ਤੇ ਨਾਮ ਉਸਤਾਦ ਅਲੀ ਮੁਹੰਮਦ ਦਾ, ਤੁਹਾਨੂੰ ਕੌਣ ਜਾਣਦਾ ਕਰਮਾਂ ਵਾਲਿਓ, ਜਿਨ੍ਹਾਂ ਨੂੰ ਤੁਸੀਂ ਅਲੀ ਵਾਲੇ ਜੀ, ਅਲੀ ਵਾਲੇ ਕਿਸੇ ਖਾਤੇ ਦੇ ਕਬੂਤਰ ਨੇ, ਉਹਨਾਂ ਨੂੰ ਬਦਨਾਮ ਨਾ ਕਰੋ, ਮਿਹਰਬਾਨੀ, ਅਤੇ ਬਲਕਿ ਤੁਸੀਂ ਉਹਨਾਂ ਕੋਲ ਮਾਦਰਤ ਕਰੋ, ਦੁਆ ਕਰੋ ਉਹਨਾਂ ਦੀ ਕਬਰ 'ਤੇ, ਅੱਲਾ ਉਹਨਾਂ ਨੂੰ ਮਗਫਰਤ ਦੇਵੇ।